ਅੱਜ ਸੁਬਹਾ ਤੋਂ ਹੀ ਅਸੀਂ ਵੱਖ ਵੱਖ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਸਾਡੇ ਪੀਣ ਵਾਲੇ ਪਾਣੀ ਦਾ ਜਿਨ੍ਹਾਂ ਪਿੰਡਾਂ ਦੇ ਵਿੱਚ ਕੋਈ ਡਿਮਾਂਡ ਅਜੇ ਪੂਰੀ ਨਹੀਂ ਸੀਗੀ ਜਾਂ ਉੱਥੇ ਹੋਰ ਟੈਂਕੀਆਂ ਬਣਾਉਣ ਦੀ ਲੋੜ ਸੀਗੀ, ਉੱਥੇ ਅਸੀਂ ਅੱਜ ਪਹੁੰਚ ਕੇ ਨੀਂਹ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾਏ ਨੇ। ਜਿੱਦਾਂ ਕਿ ਮੁਹੰਮਦ ਪੀਰਾ ਪਿੰਡ ਦੇ ਵਿੱਚ ਸੁਬਹਾ ਉੱਥੇ ਜਿਹੜਾ ਨਵੀਂ ਟੈਂਕੀ ਪਾਣੀ ਵਾਲੀ ਬਣਨ ਵਾਲੀ ਹੈ ਉਹਦਾ ਨੀਂਹ ਪੱਥਰ ਰੱਖਿਆ, ਕੰਮ ਸ਼ੁਰੂ ਕਰਵਾਇਆ। ਉਸ ਤੋਂ ਬਾਅਦ ਪਿੰਡ ਸਲੇਮ ਸ਼ਾਹ, ਉਸ ਤੋਂ ਬਾਅਦ ਪਿੰਡ ਗੰਜੂਆਣਾ, ਔਰ ਉਸ ਤੋਂ ਬਾਅਦ ਹੁਣ ਜੱਟ ਵਾਲੀ ਪਹੁੰਚੇ ਹਾਂ। ਤਕਰੀਬਨ 20 ਪਿੰਡਾਂ ਨੂੰ ਇਹ ਜਿਹੜਾ ਪੀਣ ਵਾਲੇ ਪਾਣੀ ਦਾ ਫਾਇਦਾ ਹੋਊਗਾ ਇਹਨਾਂ ਟੈਂਕੀਆਂ ਬਣਨ ਨਾਲ। ਔਰ ਹੁਣ ਅਸੀਂ ਜੱਟ ਵਾਲੀ ਪਿੰਡ ਪਹੁੰਚੇ ਹਾਂ, ਇੱਥੇ ਵੀ 18,65,000 ਦੀ ਲਾਗਤ ਦੇ ਨਾਲ ਪਾਣੀ ਵਾਲੀ ਟੈਂਕੀ ਬਣਾਈ ਹੈ, ਜਿਹੜਾ ਕਿ ਜੱਟ ਵਾਲੀ ਰਾਣੀ ਰਾਮਨਗਰ ਔਰ ਮਿਆਣੀ ਬਸਤੀ ਦੇ ਲੋਕਾਂ ਨੂੰ ਇਸ ਪੀਣ ਵਾਲੇ ਪਾਣੀ ਦਾ ਫਾਇਦਾ ਹੋਊਗਾ। ਔਰ ਇਸ ਤੋਂ ਇਲਾਵਾ ਆਂਗਨਵਾੜੀ ਸੈਂਟਰ ਹੈ 8,83,000, ਔਰ ਖਾਲੇ ਦੀ ਰਿਪੇਅਰ ਹੈ 10,75,000, ਔਰ ਸਕੂਲ ਦੇ ਵਿੱਚ ਪਾਰਕ ਹੈ 13,65,000, ਔਰ ਇੱਕ ਪਾਈਪ ਲਾਈਨ ਹੈ 2,50,000 ਦੀ, ਔਰ ਇੰਟਰਲੋਕ ਗਲੀ ਹੈ 6,68,000 ਦੀ। ਤਕਰੀਬਨ 61,00,000 ਦੇ ਜਿਹੜੇ ਇਸ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਆ ਉਹ ਕਈ ਚੱਲ ਰਹੇ ਨੇ, ਕਈ ਪੂਰੇ ਹੋ ਗਏ ਨੇ, ਔਰ ਕਈ ਅਸੀਂ ਅੱਜ ਸ਼ੁਰੂਆਤ ਕਰਵਾ ਕੇ ਜਾ ਰਹੇ ਹਾਂ। ਇਸੇ ਤਰ੍ਹਾਂ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਨੇ ਬਹੁਤ ਹੀ ਤੇਜ਼ੀ ਦੇ ਨਾਲ, ਤੇਜ਼ ਰਫਤਾਰ ਦੇ ਨਾਲ ਕੀਤੇ ਜਾ ਰਹੇ ਨੇ। ਔਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿਹੜੀ ਵਿਕਾਸ ਦੀ ਲਹਿਰ ਚੱਲ ਰਹੀ ਹੈ, ਉਸੇ ਤਰ੍ਹਾਂ ਫਾਜ਼ਿਲਕਾ ਦੇ ਵਿੱਚ ਵੀ ਬਹੁਤ ਵੱਡੇ ਪੱਧਰ 'ਤੇ ਕਰੋੜਾਂ ਦੇ ਜਿਹੜੇ ਕੰਮ ਕੀਤੇ ਜਾ ਰਹੇ ਨੇ। ਹਾਂਜੀ ਪ੍ਰਧਾਨ ਜੀ, ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜੇ ਅੱਜ MLA ਸਾਹਿਬ ਵੱਲੋਂ ਵਿਕਾਸ ਕਾਰਜਾਂ ਦੇ ਉਦਘਾਟਨ ਦੇ ਨੀਂਹ ਪੱਥਰ ਰੱਖੇ ਜਾ ਰਹੇ ਆ ਜੀ? ਸਾਡੇ ਪਿੰਡ ਜੱਟ ਵਾਲੀ, ਢਾਣੀ ਰਾਮਨਗਰ ਔਰ ਮਿਆਣੀ ਬਸਤੀ, ਤਿੰਨਾਂ ਪਿੰਡਾਂ ਦੇ ਵਿੱਚ ਪਾਣੀ ਦੀ ਟੈਂਕੀ ਨੂੰ ਲੈ ਕੇ ਇੱਕ ਡਿਮਾਂਡ ਸੀਗੀ, ਜਿਹੜੀ ਕਿ ਪਹਿਲਾਂ ਵੀ ਟੈਂਕੀ ਇੱਥੇ ਇੱਕ ਬਣੀ ਹੋਈ ਹੈ, ਪਰ ਤਿੰਨੋਂ ਪਿੰਡਾਂ ਦੀ ਆਬਾਦੀ ਜ਼ਿਆਦਾ ਹੋਣ ਦੇ ਕਾਰਨ ਉਹਦੇ ਨਾਲ ਪਾਣੀ ਪਿੰਡਾਂ ਨੂੰ ਪੂਰਾ ਪਹੁੰਚ ਨਹੀਂ ਪਾਉਂਦਾ ਸੀ, ਜਿਸ ਕਰਕੇ ਅਸੀਂ ਇੱਕ ਡਿਮਾਂਡ ਕੀਤੀ ਸੀ MLA ਸਾਹਿਬ ਕੋਲ ਵੀ ਸਾਨੂੰ ਇੱਕ ਪਾਣੀ ਦੀ ਟੈਂਕੀ ਹੋਰ ਦਿੱਤੀ ਜਾਵੇ, ਅਤੇ MLA ਸਾਹਿਬ ਨੇ ਸਾਡੀ ਡਿਮਾਂਡ ਨੂੰ ਮੰਨਦੇ ਹੋਏ ਸਾਡੇ ਪਿੰਡ ਦੇ ਵਿੱਚ ਇੱਕ ਪਾਣੀ ਦੀ ਟੈਂਕੀ ਹੋਰ ਪਾਸ ਕਰਾ ਕੇ ਦਿੱਤੀ ਹੈ। ਤਾਂ ਜੋ ਅਸੀਂ ਉਮੀਦਾਂ ਦੇ ਨਾਲ ਸਾਰੇ ਇਲਾਕੇ ਵਾਸੀਆਂ ਨੇ, ਪਿੰਡ ਵਾਸੀਆਂ ਨੇ ਜੋ MLA ਸਾਹਿਬ ਨੂੰ ਵੋਟਾਂ ਪਾਈਆਂ ਸੀ ਉਹਦੇ 'ਤੇ ਹੀ ਖਰੇ ਉਤਰਦੇ ਹੋਏ MLA ਸਾਹਿਬ ਨੇ ਸਾਡੀ ਉਹ ਡਿਮਾਂਡ ਨੂੰ ਮੰਨ ਲਿਆ, ਅਤੇ ਅੱਜ ਇੱਕ 18,00,000 ਦੀ ਲਾਗਤ ਨਾਲ ਇੱਕ ਪਾਣੀ ਦੀ ਟੈਂਕੀ ਜੋ ਬਣਨ ਜਾ ਰਹੀ ਹੈ ਉਹਦਾ ਅੱਜ ਨੀਂਹ ਪੱਥਰ ਰੱਖਿਆ ਗਿਆ। ਹੋਰ ਕਿਹੜੇ ਕਿਹੜੇ ਵਿਕਾਸ ਕਾਰਜ ਜਿਹੜੇ MLA ਸਾਹਿਬ ਵੱਲੋਂ ਕਰਵਾਏ ਜਾ ਰਹੇ ਆ ਜੀ ਪਿੰਡ 'ਚ? ਜਦੋਂ ਇਲੈਕਸ਼ਨ ਦਾ ਟਾਈਮ ਸੀ ਅਸੀਂ ਇੱਕ ਇਹਨਾਂ ਤੋਂ ਡਿਮਾਂਡ ਕੀਤੀ ਸੀ, ਸਾਡੇ ਪਿੰਡ ਦਾ ਇੱਕ ਇੱਧਰਲੇ ਇੱਕ ਸਾਈਡ ਵਾਲੇ ਕੁਝ ਘਰਾਂ ਦਾ ਪਾਣੀ ਦੀ ਪ੍ਰੋਬਲਮ ਸੀ, ਜਿਹੜਾ ਪਾਣੀ ਦੀ ਨਿਕਾਸੀ ਦਾ ਕੰਮ ਨਹੀਂ ਚੱਲ ਰਿਹਾ ਸੀ, ਪਾਣੀ ਦੀ ਨਿਕਾਸੀ ਸਹੀ ਨਹੀਂ ਹੋ ਪਾ ਰਹੀ ਸੀ, ਤਾਂ ਉਹ ਵੀ MLA ਸਾਹਿਬ ਨੇ ਸਾਨੂੰ ਗ੍ਰਾਂਟ ਦੇ ਕੇ 2,50,000 ਦੀ ਉਹ ਸਾਡਾ ਮਸਲਾ ਵੀ ਹੱਲ ਕਰਤਾ। ਹੋਰ ਪਿੰਡ ਦੇ ਵਿੱਚ ਸੜਕਾਂ ਬਣਨ ਜਾ ਰਹੀਆਂ ਨੇ ਜਿਹੜੀਆਂ, ਜਿਨ੍ਹਾਂ ਨੂੰ ਵੀ ਲੋੜ ਸੀ ਇੰਟਰਲੋਕਿੰਗ ਸੜਕਾਂ ਦੀ ਉਹ ਬਣ ਰਹੀਆਂ ਨੇ, ਆਂਗਣਵਾੜੀ ਦੀ ਜ਼ਰੂਰਤ ਸੀ ਉਹ ਬਣ ਰਿਹਾ, ਲੋਕਾਂ ਨੇ ਪੈਲਸ ਦੀ ਡਿਮਾਂਡ ਕੀਤੀ ਸੀ ਪਿੰਡ ਵਾਸੀਆਂ ਨੇ, ਤਾਂ ਉਹ ਵੀ MLA ਸਾਹਿਬ ਨੇ ਸਾਡਾ ਮਨਜ਼ੂਰ ਕਰਾਤਾ। ਕਾਫੀ ਕੰਮ ਨੇ ਜਿਹੜੇ ਅੱਗੇ ਕੁਝ ਚੱਲ ਰਹੇ ਨੇ, ਕੁਝ ਨਵੇਂ ਜਿਹੜੇ ਸ਼ੁਰੂ ਕਰਨ ਜਾ ਰਹੇ ਹਾਂ।